ਜਿੱਦਾਂ ਇੱਕ ਤਾਂ ਜਿਹੜੀ ਆਹ ਛੱਤ ਹੈ ਜਿਹੜੀ ਉਤਲੀ, ਜਿਹੜੀ ਮੇਰੀ ਉਂਗਲ ਵਾਲੀ, ਇਹਦੀ ਵੀ ਲੋਕੇਸ਼ਨ ਚੇਂਜ ਉਹ ਕਰਨੀ ਪਏਗੀ ਉੱਤਰ, ਜਿਹੜੀ ਇਹਦੀ ਬਾਉਂਡਰੀ ਆ ਮਤਲਬ, ਕਿਉਂਕਿ ਅਤੇ ਆਹ ਜਿਹੜਾ ਆਹ ਗੋਲ ਗੁੰਬਦ ਆ, ਆਹਲਾ ਗੋਲ ਗੁੰਬਦ ਆ, ਆਹਲਾ ਨਿਚਲਾ, ਇਹਦੀ ਸਾਡੀ ਸਲਾਹ ਬਣਦੀ ਵੀ ਇੱਥੋਂ ਲੈ ਕੇ ਨਾ ਅੱਜ ਇੱਥੇ ਮੇਰੀ ਉਂਗਲ ਇੱਦਾਂ ਕਰਕੇ ਇਹਨੂੰ ਚੌੜਾ ਬਣਾ ਦਾਂਗੇ, ਐਂ ਕਰਕੇ ਮਤਲਬ ਮੀਂਹ ਕਣੀ ਸਾਡਾ ਮੰਜੇ ਮੁੰਜੇ ਇੱਥੇ ਡਹੇ ਰਹਿਣ, ਗਰਮੀ 'ਚ ਬੰਦਾ ਬਾਹਰ ਬਹਿ ਜਾਂਦਾ ਅਤੇ ਇੱਥੇ ਮਤਲਬ ਮੰਜੇ ਮੁੰਜਾ ਬੈੱਡ ਵੀ ਭਾਵੇਂ ਡਹਿ ਜੇ, ਅਤੇ ਦੂਜੀ ਗੱਲ ਇਹ ਆ ਵੀ ਇੱਥੋਂ ਇੱਕ ਪਿੱਲਰ ਹੋ ਜਾਏਗਾ, ਇੱਕ ਪਿੱਲਰ ਇੱਥੋਂ ਹੋ ਜਾਣੇਗਾ, ਹੋ ਜਾਏਗਾ ਮੰਨ ਕੇ ਚੱਲ, ਅਤੇ ਮਤਲਬ ਇਹਦੇ 'ਚ ਬੂਟੇ ਬਾਟੇ ਵੀ ਪਲਾਂਟ ਵੀ ਲੱਗ ਜਾਣਾ, ਜਿਵੇਂ ਗਮਲੇ ਗੁਮਲੇ ਰੱਖੇ ਜਾਂਦੇ ਨੇ, ਅਤੇ ਇੱਥੋਂ ਚੌੜਾ ਬਣ ਜੇ, ਕਿਉਂਕਿ ਘਰ ਦੀ ਸਾਡੀ ਜਿਹੜੀ ਲੋਕੇਸ਼ਨ ਆ ਨਾ, ਗੇਟ ਤੋਂ ਆਹ ਚੀਜ਼ ਦਿਖਣੀ ਹੈ ਇੱਧਰ, ਮਤਲਬ ਕਿ ਫਰੰਟ ਤਾਂ ਆਪਣੇ ਘਰ ਦਾ ਵੈਸੇ ਤਾਂ ਹੈਗਾ, ਇੱਧਰਲੀ ਸਾਈਡ ਹੀ ਆਪਣੇ ਵਾਲੀ ਸਾਈਡ, ਜਿਵੇਂ ਮੈਂ ਫੋਨ ਕਰਕੇ ਖੜ੍ਹਾਂ, ਪਰ ਇੱਧਰ ਲੋਕੇਸ਼ਨ ਨਹੀਂ, ਲੋਕੇਸ਼ਨ ਇੱਧਰ ਸੜਕ ਵਾਲੇ ਪਾਸੋਂ ਵੀ ਦਿਖੇਗੀ, ਇਸ ਹਿਸਾਬ ਦੀ ਬਣਾਉਣੀ ਪੈਂਦੀ, ਪਰ ਛੱਤੀ ਇੱਥੋਂ ਚੋਰਸ ਹੀ ਬਣ ਜੇ, ਮਤਲਬ ਆਹ ਚੀਜ਼ ਚੋਰਸ ਬਣ ਜੇ ਕੋਈ ਵਧੀਆ ਕਲਾਕ੍ਰਿਤੀ ਨਾਲ, ਉੱਤੋਂ ਛੱਤ ਦੀ ਵੀ ਉਹ ਚੇਂਜ ਹੋ ਜਾਏਗੀ, ਨਹੀਂ ਤਾਂ ਛੱਤ ਓਲਡ ਜੀ ਲੱਗੇਗੀ, ਇਹਦੇ ਕਰਕੇ ਵੀ ਉਹ ਮੀਨਾਕਾਰੀ ਜੀ ਵਧੀਆ ਹੋ ਜਾਏਗੀ। ਅਤੇ ਆਹ ਬੂਟੇ ਜਿਵੇਂ ਆਹ ਬੂਟੇ ਸਾਹਮਣੇ ਲੱਗੇ ਹੀ ਹੋਏ ਨੇ ਔਲਰੇਡੀ, ਦੋ ਜਿਹੜੇ ਸਾਹਮਣੇ ਖੜ੍ਹੇ ਨੇ ਆ ਪੈਪ ਕੋਲ ਵਾਲੇ, ਅਤੇ ਆਹ ਪੌੜੀਆਂ ਹੋ ਗਈਆਂ, ਇਹਦੇ ਸਾਹਮਣੇ ਐਂਟਰੀ ਸੋਹਣੀ ਬਣ ਜੇ, ਮਤਲਬ ਕਲਾਸੀਕਲ ਜੀ ਬਣ ਜੇ।